ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਕੈਪਟਨ ਵੱਲੋਂ ਹਰ ਘਰ ਨੌਕਰੀ ਦੇਣ ਦਾ ਵਾਅਦਾ ਕੀਤਾ ਗਿਆ ਸੀ। ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕੀਤਾ। ਉਹਨਾਂ ਸਵਾਲ ਉਠਾਏ ਨੇ ਕਿ ਸਰਕਾਰ ਹਰ ਘਰ ਨੌਕਰੀ ਮੁਹੱਈਆ ਨਹੀਂ ਕਰ ਸਕਦੀ। ਹਰ ਪਰਿਵਾਰ ਦੇ ਹਰ ਬੰਦੇ ਨੂੰ ਕਿਵੇਂ ਨੌਕਰੀ ਦਿੱਤੀ ਜਾ ਸਕਦੀ? ਇੱਕ ਇਹ ਵੀ ਹੈ ਕਿ ਨੌਕਰੀ ਕੋਈ ਐਂ ਤਾਂ ਹੈ ਨਹੀਂ ਵੀ ਆਪਾਂ ਇੱਕ ਇੱਕ ਪਰਿਵਾਰ ਦਾ ਇੱਕ ਜੀ ਲੈ ਲਾਂਗੇ ਤੇ ਚਲੋ ਤੁਸੀਂ ਨੌਕਰ ਹੋ ਗਏ। ਕੋਈ ਨੌਕਰੀ ਨਿਕਲਦੀ ਹੈ ਉਹਦਾ ਅਖਬਾਰਾਂ 'ਚ ਐਡਵਰਟਾਈਜ਼ਮੈਂਟ ਹੁੰਦਾ ਹੈ। ਹੁਣ ਪਤਾ ਨਹੀਂ ਇੱਕ ਪਰਿਵਾਰ ਦੇ 10 ਵੀ ਆ ਸਕਦੇ ਆ, ਇੱਕ ਦਾ ਕੋਈ ਵੀ ਨਾ ਹੋਵੇ।